असीं खड़े हां डीसी दफ्तर बाहर जिथे कि जो अपने किसानों की मंगा ने चोणों लेके जो कि इन्हों की एक तरीक न चोन की पसंद चकनी जो इन्होंने 10 तरीक कर दी अपनी मंगा लेके डीसी दफ्तर बाहर धरना लाया बने रहो बीबीसी इंडिया नाल संजू रावत रिपोर्ट ਬਈ ਜਦੋਂ ਮੈਂ 14 ਦੇ ਵਿੱਚ ਸਦਾ ਦੇ ਉੱਤੇ ਆਇਆ ਸਭ ਤੋਂ ਪਹਿਲਾਂ ਮੈਂ ਜਿਹੜੀ ਸਵਾਮੀ ਨਾਥਨ ਦੀ ਸਪਾਰਸ਼ ਰਸੀ ਦੇ ਉੱਤੇ ਬੈਠਿਆ ਲੋਕਾਂ ਨੇ ਬਹੁਮਤ ਦਿੱਤੀ ਉਦੋਂ ਬਾਅਦ ਦੇ ਵਿੱਚ ਭਰਾਵੋ ਜਿਹੜੀ ਪਬਲਿਕ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਐਮਐ ਸਰਕਾਰੀ ਖਰੀਦ ਦੇਣੀ ਤੇ ਬੋਲਦਾ ਹੁਣ ਤਾਂ ਵੱਧ ਹੋਣਗੇ ਆਪਾਂ ਨੂੰ ਘੱਟ ਬਈ ਜਿਹੜਾ ਕਿਸਾਨ ਹੈਗਾ ਜੇ ਇਹਨੂੰ ਘੱਟੋ ਘੱਟ 500 ਰੁਪਈਆ ਇਹਦਾ ਵਿੱਚ ਕੱਲੇ ਸੰਗਰੂਰ ਚ ਨਹੀਂ ਸਾਰੇ ਪੰਜਾਬ ਚ ਡੀਸੀ ਦਫ਼ਤਰਾਂ ਮੂਹਰੇ ਜਿਹੜੇ ਧਰਨੇ ਉਹ ਲਾਏ ਹੈ ਬਹੁਤ ਸਾਰੀਆਂ ਜਥੇਬੰਦੀਆਂ ਨੇ ਇੱਥੋਂ ਦੇ MP MLA ਦੇ ਧਰਨੇ ਹੈ ਉਹ ਲਾਏ ਹੈ ਹਰਿਆਣੇ ਚ ਜਿਹੜੇ ਵੀ ਹਰਿਆਣੇ ਸਰਕਾਰ ਚ ਭਾਗੀ ਹੋਇਆ ਹੈ ਉਹਦੇ ਉੱਤੇ ਸਾਰਿਆਂ ਦੇ ਦੇਕਰਾਂ ਦੇ ਉੱਤੇ ਜਿਹੜੇ ਧਰਨੇ ਹੈ ਉਹ ਲਾਏ ਹੋਏ ਹੈ ਇਹ ਸਾਰੇ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੀ ਤਾਲ ਤੇ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ ਕਿ ਸਰਕਾਰ ਜਿਹੜੀ ਸਰਕਾਰੀ ਖਰੀਦ ਹੈ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਦੀ ਹੈ ਪਰ ਐਤਕੀ ਜਾਣ ਬੁੱਝ ਕੇ ਕਿ ਇੱਥੋਂ ਦੇ ਕਿਸਾਨਾਂ ਨਾਲ ਬਦਲਾ ਖੋਰੀ ਕੀਤੀ ਜਾਵੇ ਇਹ ਕਿਸਾਨਾਂ ਨੂੰ ਮਜ਼ਬੂਰ ਕੀਤਾ ਜਾ ਸਕੇ ਤਾਂ ਕਿ ਇਹ ਵਪਾਰੀਆਂ ਦੇ ਅੱਗੇ ਝੋਨਾ ਡੇਗਣ ਲਈ ਸੁੱਟਣ ਲਈ ਮਜਬੂਰ ਹੋਣ ਤਾਂ ਕਿ ਜਿਹੜੇ ਉਹ ਖੇਤੀ ਕਾਲੇ ਕਾਨੂੰਨ ਹੈ ਜਿਹੜੇ ਕਹਿੰਦੇ ਕਿ ਦੂਜੀ ਮੰਡੀ ਲੈ ਕੇ ਆਵਾਂਗੇ ਉਹ ਮੰਡੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਜੇ ਆਪਣੀ ਨੀਤੀ ਲਾਗੂ ਕੀਤੀ ਜਾ ਸਕੇ ਇਸ ਕਰਕੇ ਅਸੀਂ ਕਿਸਾਨਾਂ ਨੇ ਸੰਯੁਕਤ ਮੋਰਚੇ ਦੇ ਕਾਲ ਦੇ ਉੱਤੇ ਇਹ ਜਿਹੜੇ 1 ਘੰਟੇ ਦੀ ਕਾਲ ਦੇ ਉੱਤੇ ਇਹ ਐਡੇ ਵੱਡੇ ਜਿਹੜੇ ਪ੍ਰੋਗਰਾਮ ਹੈ ਕੀਤੇ ਜਾ ਰਹੇ ਹੈ ਇਹ ਪ੍ਰੋਗਰਾਮ ਉਦੋਂ ਤੱਕ ਕੀਤੇ ਜਾਣਗੇ ਜਦੋਂ ਤੱਕ ਕਿਸਾਨਾਂ ਦਾ ਜਿਹੜਾ ਝੋਨਾ ਖਰੀਦਣ ਦੇ ਲਈ ਸਰਕਾਰ ਜਿਹੜਾ ਲਿਖਤੀ ਆਪਣੀ ਚਿੱਠੀ ਹੈ ਉਹ ਨਹੀਂ ਭੇਜਦੀ ਇਹ ਧਰਨਾ ਲਾਇਆ ਖੌਰੀ ਲਿਖਿਆ ਮੋਰਚੇ ਦੀ ਕਾਲ 'ਤੇ ਜਿਹੜਾ ਇਹ ਸਾਰੇ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਨੇ DC ਦਫ਼ਤਰਾਂ ਦੇ ਲਾਇਆ ਇੱਕ DC ਨੂੰ ਮੰਗ ਪੱਤਰ ਦੇਣਾ ਝੋਨੇ ਦੀ ਖਰੀਦ ਨੂੰ ਲੈ ਕੇ ਜਾਂ ਜਿਹੜੀਆਂ ਝੋਨੇ ਦੇ ਉੱਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਸ਼ਰਤਾਂ ਵੜੀਆਂ ਨੇ ਉਹ ਸ਼ਰਤਾਂ ਰੱਦ ਕਰਾਉਣ ਲਈ ਸਾਡੀ ਸੂਬਾ ਕਮੇਟੀ ਦੀ 5 ਮੈਂਬਰੀ ਦੀ ਮੀਟਿੰਗ ਚੱਲ ਰਹੀ ਹੈ ਜੇ ਉਹਨਾਂ ਨੇ 2 ਵਜੇ ਦੀ ਕਾਲ ਕਰਨੀ ਹੈ ਸਾਨੂੰ ਵੀ ਉਹ ਮੰਗ ਪੱਤਰ ਦੇ ਕੇ ਸਾਰ ਰਹੇ ਇਹਦੀ ਸਮਾਪਤੀ ਹੋ ਸਕਦੀ ਹੈ ਜੇ ਉਹਨਾਂ ਨੇ ਕਿਹਾ ਜੀ ਇਹਨੂੰ 2 ਦਿਨ ਚਲਾਵਾਂਗੇ ਕਿਉਂਕਿ ਸਰਕਾਰ ਇੱਕ ਉਸ ਵਪਾਰੀ ਨੂੰ ਉਸ ਮੰਡੀ ਨੂੰ ਤਰੀਕੇ ਨਾਲ ਚਲਾਉਣਾ ਚਾਹੁੰਦੀ ਹੈ ਇੱਥੇ ਜਿਹੜੀ ਬਰਾਬਰ ਮੰਡੀ ਸਰਕਾਰੀ ਮੰਡੀ 'ਤੇ ਲਾਉਣਾ ਚਾਹੁੰਦੇ ਤੇ ਉਹ ਤਰੀਕਾ ਅਸੀਂ ਸਮਝੇ ਹੋਏ ਹਾਂ ਕਿਉਂਕਿ ਕਣਕ ਝੋਨੇ ਦੀ ਖਰੀਦ ਦੇ ਉੱਤੇ ਫਰਦਾਂ ਲੈਣੀਆਂ ਨਵਾਰਾ ਖੋਲਿਆ ਪਰਾਲੀ ਦਾ ਕਾਨੂੰਨ ਬਣਾ ਲਿਆ 1 ਕਰੋੜ ਰੁਪਇਆ ਜੁਰਮਾਨਾ 5 ਸਾਲ ਦੀ ਸਜ਼ਾ ਟੁੱਟ ਫੁੱਟ ਦੀਆਂ ਸ਼ਰਤਾਂ ਇਹ ਸ਼ਰਤਾਂ ਅਸੀਂ ਸਾਰੀਆਂ ਰੱਦ ਕਰਵਾਉਣੀਆਂ ਨੇ ਕਿਉਂਕਿ ਕਾਨੂੰਨ ਰੱਦ ਕਰਾਉਣ ਦੇ ਬਜਾਏ ਸਰਕਾਰ ਅਜੇ ਟੇਢੀਆਂ ਚਾਲਾਂ ਖੇਡ ਰਹੀ ਹੈ ਕੇਂਦਰ ਸਰਕਾਰ ਦੀ ਕਿਉਂਕਿ ਖਰੀਦ ਵੀ 11 ਤਰੀਕ 'ਤੇ ਲੈ ਗਈ ਜਿਹੜੀ 1 ਤਰੀਕ ਨੂੰ ਖਰੀਦ ਚਾਲੂ ਕਰ ਲਈ ਸੀ ਇਸ ਕਰਕੇ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਸੂਬਾ ਕਮੇਟੀ 'ਤੇ ਨਿਰਭਰ ਹੈ ਜੇ ਉਹਨਾਂ ਨੇ ਕਿਹਾ ਵੀ ਲੰਬਾ ਚੱਲੂ ਤਾਂ ਲੰਬਾ ਚੱਲੂ ਦੇਖੋ ਮੁੱਖ ਮੰਤਰੀ ਕੋਈ ਬਣੀ ਜਾਵੇ ਇੱਕ ਇਕੱਲਾ ਬੋਲਣ ਨਾਲ ਮੀਡੀਆ 'ਚ ਭਾਸ਼ਣ ਦੇਣ ਵਾਲੀ ਗੱਲ ਨਹੀਂ ਸਾਡੀ ਪਸੰਦ ਹੋਈ ਜਦੋਂ ਪੂਰਾ ਉਤਰੂਗਾ ਜਿਵੇਂ ਮੁੱਖ ਮੰਤਰੀ ਕੈਪਟਨ ਸਾਹਿਬ ਬਣਿਆ ਸੀ ਉਹਨੇ ਤਲਮੰਡੀ ਦੇ ਵਿੱਚ ਕਾਨਫਰੰਸ ਕੀਤੀ ਸੀ ਗੁਟਕਾ ਚੱਕਾ ਤੇ ਅੱਧੇ ਵਿੱਚ ਜੇ ਉਹ ਗੁਟਕੇ ਦੀਆਂ ਸ਼ਰਤਾਂ ਪੂਰੀਆਂ ਕਰ ਜਾਂਦਾ ਲੋਕ ਆਪੀ ਮੰਨ ਲਾਂਦੇ ਵੀ ਮੁੱਖ ਮੰਤਰੀ ਠੀਕ ਹੈ ਹੁਣ ਚੰਨੀ ਸਾਹਿਬ ਆ ਗਿਆ ਹੁਣ ਚੰਨੀ ਸਾਹਿਬ ਕੋਲ ਪਹਿਲੇ ਸਿਰੇ ਦਾ ਸਮਾਂ ਥੋੜ੍ਹਾ ਹੈ ਜੇ ਥੋੜ੍ਹੇ ਸਮੇਂ ਦੇ ਵਿੱਚ ਵੀ ਚੰਨੀ ਸਾਹਿਬ ਕੋਲ ਪਾਵਰ ਹੈ ਤੇ ਰਾਜਨੀਤੀ ਹੋਈ ਆ ਆਹ ਲੋਕਾਂ ਦੀ ਗੱਲ ਖਬਰ ਚੰਨੀ ਸਾਹਿਬ ਨੇ ਕਰਾਉਣੀ ਹੈ ਫਿਰ ਮੰਨ ਲੈਣਗੇ ਲੋਕ ਮੰਨ ਲੈਣਗੇ ਫਿਰ ਅਸੀਂ ਚਾਹੇ ਜਿੰਨਾ ਮਰਜ਼ੀ ਨਿੰਦੀ ਜਾਈਏ ਜੇ ਲੋਕਾਂ ਦੀਆਂ ਹੱਲ ਸਾਰੇ ਕਰਤੇ ਬੁਢੇਪਾ ਪੈਨਸ਼ਨ 5000 ਦੇ ਦਿੱਤੀ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਇੱਥੇ ਸਾਰੇ ਅਦਾਰੇ ਵੇਚੇ ਹੋਏ ਬੂਹੇ ਖੋਲ੍ਹਤੇ ਫਿਰ ਕਣਕ ਦੇ ਝੋਨੇ ਦੀ ਗਰੰਟੀ ਕਰਤੀ ਸਾਰੀਆਂ ਸਹੂਲਤਾਂ ਦੇ ਕਰਜ਼ੇ ਦਾ ਹੱਲ ਕਰਤਾ ਫਿਰ ਚੰਨੀ ਸਾਹਿਬ ਨੂੰ ਲੋਕ ਆਪੀ ਸਰਾਉਣਗੇ ਪਰ ਇਹ ਨਹੀਂ ਇੱਕ ਭਾਸ਼ਣ ਕਰਕੇ ਮੀਡੀਆ ਦੇ ਵਿੱਚ
सारा लोगों को प्रचार भेजता भी चन्नी साहब बहुत वधिया मुख्यमंत्री आ गए, मजदूरों के आ गए, पहला किहड़ा मजदूरों के मंत्री नहीं बने। इस करके असीं अजे किसी दे यकीन नहीं कर रहे क्योंकि सारे एक ही बोली बोलते हैं, भाजपा को बार बार जाते हैं किसी सरकार।